ਤੇ ਲੋ ਗਾਇਸ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਿੱਦਾਂ ਕਿ ਤੁਸੀਂ ਪੁਰਾਣੀ ਵੀਡੀਓ 'ਚ ਦੇਖਿਆ ਹੋਊਗਾ ਕਿ ਆਪਣੀ ਗੱਡੀ ਦੀ ਮੋਡੀਫਿਕੇਸ਼ਨ ਸੀਰੀਜ਼ ਚੱਲਦੀ ਪਈਆਂ ਆ ਤੇ ਹੁਣ ਆਪਾਂ ਇਹਦਾ ਬੰਪਰ ਰੀਸਟੋਰ ਕਰਾਉਣਾ ਆ ਕਿ ਜਿੱਦਾਂ ਤੁਸੀਂ ਦੇਖ ਸਕਦੇ ਆ ਬੰਪਰ ਇੱਥੋਂ ਟੁੱਟਾ ਹੋਇਆ ਆ ਤੇ ਪਿੱਛੋਂ ਵੀ ਟੁੱਟਾ ਹੋਇਆ ਆਪਣਾ ਆਹ ਦੇਖੋ ਜਿੱਦਾਂ ਆਹ ਇੱਥੋਂ ਬੰਪਰ ਟੁੱਟਾ ਹੋਇਆ ਆ ਤੇ ਇਹਦਾ ਕੰਮ ਕਰਾਉਣਾ ਪੁੱਛ ਕੇ ਆਏ ਸੀ ਤੇ ਆਪਾਂ ਨਹੀਂ ਹਜੇ ਗੱਡੀ ਗੰਦੀ ਹੈਗੀ ਆ ਪਹਿਲੇ ਆਪਾਂ ਗੱਡੀ ਵਾਸ਼ ਕਰਦੇ ਹਾਂ ਤੇ ਚਲੋ ਕਰਦੇ ਗੱਡੀ ਵਾਸ਼ ਬਾਕੀ ਬਾਅਦ 'ਚ ਦੇਖਦੇ ਹਾਂ ਤੇ ਆਪਣੇ ਉੱਦਾਂ ਅਲੋਏ ਵੀਲ ਵੀ ਬਾਵਾ ਹੀ ਗੰਦੇ ਹੋਏ ਹੋਏ ਆ ਆਹ ਚੈੱਕ ਕਰੋ ਕਿੰਨੀ ਮਿੱਟੀ ਆ ਦੋਵੇਂ ਅਲੋਏ ਸਾਰੇ ਅਲੋਏ ਵੀਲ ਸਾਫ਼ ਕਰਨੇ ਪੈਣੇ ਆ ਤੇ ਆਹ ਚਲੋ ਕੋਈ ਨਾ ਕਰਦੇ ਸ਼ੁਰੂ ਲੱਭਦੇ ਹਾਂ ਪੈਪ ਕਿੱਥੇ ਪਿਆ ਪੈਪ ਲਾਉਂਦੇ ਹਾਂ ਪਹਿਲਾਂ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਮੈਂ ਸਿਰਫ ਦੇਖ ਲਓ ਇੰਨੇ ਵਿਹੜੇ ਦੇ ਵਿੱਚ ਗੱਡੀ ਚਲਾਉਣੀ ਸਿੱਖੀ ਸੀ ਉੱਥੋਂ ਲਿਆਉਣਾ ਇੱਥੋਂ ਫੇਰ ਅੱਗੇ ਅਤੇ ਇੱਥੋਂ ਫੇਰ ਪਿੱਛੇ ਦੇਖ ਲਓ ਇੱਦਾਂ ਗੱਡੀ ਸਿੱਖੀ ਅਤੇ ਕਰਦੇ ਕਰਦੇ ਆਹ ਬੰਪਰ ਜਿਹੜਾ ਮੂਹਰਲਾ ਹੈਗਾ ਆਹ ਜਿਹੜਾ ਪਾਰਟ ਹੈਗਾ ਆਹ ਇੱਥੇ ਵੱਜ ਕੇ ਟੁੱਟਾ ਸੀ ਪਹਿਲਾਂ ਇੱਦਾਂ ਕਰਦੇ ਹਾਂ ਪਾਣੀ ਪੂਣੀ ਮਾਰਦੇ ਹਾਂ ਇੱਥੇ ਉਹ ਗੱਡੀ ਮਿੱਟੀ ਆ ਆਹ ਇੱਕ ਮੱਡ ਕਾਂਡ ਜ਼ਰੂਰ ਇੱਥੋਂ ਜਿਹੜਾ ਅੰਦਰ ਮਿੱਟੀ ਹੁੰਦੀ ਨਾ ਆਹ ਮਿੱਟੀ ਜ਼ਰੂਰ ਸਾਫ਼ ਰੱਖ ਕਰਿਆ ਕਰੋ ਦੇਖ ਲਓ ਅਲੋਏ ਵੀਲ ਦੀ ਸ਼ਕਲ ਨਿਕਲ ਆਈ ਉੱਦਾਂ ਟਾਇਰ ਦਾ ਹੈ ਆਪਣੇ ਨਵੇਂ ਹੀ ਪਏ ਆ ਬਾਕੀ ਚਲੋ ਕਰਦੇ ਹਾਂ ਧੋਨੇ ਆ ਤੁਸੀਂ ਟਾਈਮ ਲੈਪਸ ਇੰਜੋਏ ਕਰੋ ਸਭ ਤੋਂ ਜ਼ਿਆਦਾ ਜਿਹੜੀ ਮਿੱਟੀ ਹੁੰਦੀ ਉਹਦੇ ਨਾ ਪਿਛਲੇ ਮੱਡ ਘਾਟ 'ਚ ਹੁੰਦੀ ਹੋਰ ਕੁਝ ਦਾ ਦੇਖੋ ਕਿੰਨੀ ਮਿੱਟੀ ਹੈ ਜਿੱਦਾਂ ਆਪ ਨਹਾਉਂਦੇ ਹੁੰਦੇ ਆ ਨਾ ਐਨ ਵਧੀਆ ਵਧੀਆ ਉੱਦਾਂ ਹੀ ਆਪਣੀ ਗੱਡੀ ਵਧੀਆ ਵਧੀਆ ਧੋਇਆ ਕਰੋ ਬਾਕੀ ਸਸਪੈਂਸ਼ਨ ਦਾ ਵੀ ਆਪਣਾ ਕੰਮ ਆਉਣ ਵਾਲਾ ਆ ਅਤੇ ਸਸਪੈਂਸ਼ਨ ਦਾ ਦੇਖੋ ਜਿੱਦਾਂ ਗੁਟਕੇ ਪਏ ਹੋਏ ਆਪਾਂ ਗੁਟਕੇ ਕਢਾ ਕੇ ਅਤੇ ਸਸਪੈਂਸ਼ਨ ਵੀ ਦੇਖਿਓ ਆਪਾਂ ਪਰਫੋਰਮੈਂਸ ਵਾਲਾ ਪਾਉਣਾ ਬਸ ਸਟੇ ਟਿਊਨ ਸਬਸਕ੍ਰਾਈਬ ਕਰ ਦਿਆ ਕਰੋ ਬਸ ਜਿੱਦਾਂ ਦੇਖੋ ਪਿਛਲਾ ਬੰਪਰ ਟੁੱਟਾ ਹੋਇਆ ਕਿੰਨਾ ਮਾੜਾ ਲੱਗਦਾ ਇਹ 'ਚ ਵੱਜਾ ਸੀ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਵੱਜਾ ਸੀ ਪਿੱਛੇ ਦੀ ਆ ਕੇ ਅਤੇ ਉਹਦੀ ਜੇ ਮੈਨੂੰ ਕਲਿੱਪ ਪਾਈ ਹੋਈ ਮੈਂ ਤੁਹਾਨੂੰ ਕਲਿੱਪ ਵੀ ਪਾ ਦੂੰਗਾ ਉਹ ਤਾਂ ਕਲਿੱਪ ਮੇਰੇ ਤੋਂ ਸਟੋਰ ਹੋਈ ਉਹ ਦੇਖੋ ਆਪਣਾ ਡੈਸ਼ ਕੈਮ ਲੱਗਾ ਹੋਇਆ ਸਾਹਮਣੇ ਉਹਦੇ ਕਰਕੇ ਆਪਣੇ ਕੋਲ ਪ੍ਰੂਫ ਜਿਹਾ ਹੋ ਗਿਆ ਸੀ ਉਹ ਪਿਛਲਾ ਟਾਇਰ ਰਹਿ ਗਿਆ ਹੁਣ ਆਪਣੀ ਗੱਡੀ ਉੱਤੋਂ ਧੋ ਚੁੱਕੀ ਆ ਅਤੇ ਇੱਦਾਂ ਕਰਦੇ ਹਾਂ ਹੁਣ ਇਹਦੇ ਕਰਦੇ ਹਾਂ ਲੋਈ ਵੀਲ ਸਾਫ਼ ਜਿੱਦਾਂ ਆਹ ਦੇਖੋ ਜੰਗਾਲ ਬੜਾ ਲੱਗਾ ਹੋਇਆ ਇਹਦਾ ਮੈਂ ਤੁਹਾਨੂੰ ਟਿਪ ਦੱਸਦਾ ਹਾਂ ਇਹਦੀ ਇੱਕ ਲਓ ਬੁਰਸ਼ ਬੁਰਸ਼ 'ਤੇ ਪਾਓ ਥੋੜ੍ਹਾ ਪਾਣੀ ਲਓ ਸ਼ੈਂਪੂ ਪਾਓ ਸ਼ੈਂਪੂ ਪਾ ਕੇ ਥੋੜ੍ਹਾ ਜਿਹਾ ਡੀਜ਼ਲ ਪਾਓ ਅਤੇ ਡੀਜ਼ਲ ਇੱਕ ਬੁਰਸ਼ ਰੱਖੋ ਤੁਹਾਨੂੰ ਮੈਂ ਬ੍ਰਸ਼ ਦਿਖਾਉਂਦਾ ਕਿਹੜਾ ਹੈਗਾ ਲਓ ਆ ਦੇਖੋ ਆਹ ਵਾਲੇ ਬੁਰਸ਼ ਹੈਗੇ ਆ ਇਹਦੇ ਨਾਲ ਆ ਦੇਖੋ ਇੱਥੋਂ ਸਾਫ਼ ਹੋ ਜਾਣੀਆਂ ਨਿੱਕੀ ਨਿੱਕੀ ਜਿਹੜੀ ਥਾਵਾਂ ਹੈਗੀਆਂ ਅਤੇ ਜਿਹੜਾ ਆਹ ਵਾਲਾ ਬ੍ਰਸ਼ ਹੈਗਾ ਜਿਹੜਾ ਟਾਇਰ ਗੰਦਾ ਹੈਗਾ ਤੁਸੀਂ ਇੱਦਾਂ ਕਰਕੇ ਆਹ ਸਾਫ਼ ਕਰ ਸਕਦੇ ਹੋ ਹਰ ਇੱਕ ਇੰਡੀਅਨ ਦੇ ਘਰੇ ਮਿਲ ਜਾਂਦਾ ਆ ਅਤੇ ਉੱਦਾਂ ਵੀ ਜੇ ਬਾਜ਼ਾਰੋਂ ਲੈਣਾ ਹੋਏ ਇਹਨੂੰ ਪੇਂਟ ਵਾਲਾ ਬ੍ਰਸ਼ ਕਹਿੰਦੇ ਤੈਨੂੰ ਕੱਪੜੇ ਧੋਣ ਵਾਲਾ ਲੈ ਸਕਦੇ ਤੁਸੀਂ ਆ ਦੇਖੋ ਇੱਦਾਂ ਕਰਕੇ ਲਗਾਉਣਾ ਚੰਗੀ ਤਰ੍ਹਾਂ ਬਿਲਕੁਲ ਹੁਣ ਬਸ 2 ਮਿੰਟ ਦਾ ਵੇਟ ਕਰੋ ਤਦ ਤੱਕ ਜਿਹੜੇ ਆਪਣੇ ਬਾਕੀ ਦੇ ਟਾਇਰ ਹੈਗੇ ਆ ਉਹਨਾਂ ਨੂੰ ਮਾਰ ਲਓ ਸ਼ੈਂਪੂ ਅਤੇ ਲਓ ਹੁਣ ਘੱਟੋ ਘੱਟ 2-3 ਮਿੰਟ ਤਾਂ ਹੋ ਹੀ ਗਏ ਹੋ ਗਏ ਹੁਣ ਤਾਂ ਆਪ ਹੀ ਦੇਖੋ ਆਹ ਦੇਖੋ ਹੁਣ ਰੰਗ ਇਹਦਾ ਉਤਰੂਗਾ ਟਾਇਰ ਨਿਖਰ ਜਾਂਦੇ ਇੱਦਾਂ ਸਾਡੇ ਅਤੇ ਇੱਦਾਂ ਹੀ ਜਿੱਦਾਂ ਹੁਣ ਆਪਾਂ ਆਹ ਟਾਇਰ ਕੀਤਾ ਉੱਦਾਂ ਹੀ ਹੁਣ ਬਾਕੀ ਕਰਨੇ ਆ ਚਾਰੋਂ ਟਾਇਰਾਂ 'ਤੇ ਮਾਰ ਲਿਆ ਪਹਿਲਾਂ ਧੋ ਲਿਆ ਸੀ ਦੂਜਾ ਹਰ ਇੱਕ ਤੀਜਾ ਜਿੰਨਾ 2 ਮਿੰਟ ਲੱਗਦੇ ਹੁੰਦੇ ਜਿਹੜੇ ਹੁੰਦੇ ਨਾ ਇਹਦੀ ਕਾਈ ਜੀ ਉੱਗੀ ਹੁੰਦੀ ਆ ਉੱਗੀ ਨਹੀਂ ਕਹਿ ਸਕਦੇ ਮਤਲਬ ਜੰਗਾਲ ਜਿਹਾ ਲੱਗਾ ਹੁੰਦਾ ਉਹ ਹੌਲੀ ਹੌਲੀ ਰਿਸ ਜਾਂਦਾ ਹੁੰਦਾ ਅਤੇ ਆਹ ਦੇਖੋ ਇੱਦਾਂ
ਬਹੁਤ ਵਧੀਆ ਟਿਪ ਹੈਗੀ ਆ ਤੁਹਾਡੇ ਨਾਲੇ ਲੋਏ ਵੀਲ ਸਾਫ ਹੋਏ ਨੇ ਆਪਾਂ ਲੋਏ ਵੀਲ ਪਾ ਲੈਂਦੇ ਹੁਣ ਸਫਾਈ ਨਹੀਂ ਕਈ ਵਾਰੀ ਹੁੰਦੀ ਬੈਸਟ ਵੇ ਹੈਗਾ ਸਾਫ ਕਰਨ ਦਾ ਤੇ ਲੋ ਗਾਈਸ ਫਾਈਨਲੀ ਫਾਈਨਲੀ ਘੱਟੋ ਘੱਟ 45-50 ਮਿੰਟ ਲਾਉਣ ਤੋਂ ਬਾਅਦ ਆਪਣੀ ਗੱਡੀ ਹੋ ਚੁੱਕੀ ਹੈ ਸਾਫ ਤੇ ਕਰਦੇ ਹਾਂ ਇਹਨੂੰ ਕੀ ਕਹਿੰਦੇ ਆ ਮਾਈਕ ਇੱਥੇ ਨਾਲੇ ਸੱਚ ਜਿਹੜਾ ਇਹਦਾ ਪਾਣੀ ਹੈਗਾ ਨਾ ਇਹ ਕਿਸੇ ਵੀ ਆਮ ਕੱਪੜੇ ਨਾਲ ਸਾਫ ਨਾ ਕਰਿਆ ਕਰੋ ਇਹ ਸਿਰਫ ਮਾਈਕਰੋਫਾਈਬਰ ਕਲੋਥ ਹੁੰਦੇ ਨਾ ਜਿਹੜਾ ਉਹਨਾਂ ਸਾਫ ਕਰਿਆ ਕਰੋ ਇੱਕ ਤਾਂ ਉਹਨਾਂ ਝਰੀਟਾਂ ਨਹੀਂ ਪੈਂਦੀਆਂ ਅਤੇ ਦੂਜੀ ਗੱਲ ਪਾਣੀ ਬਿਲਕੁਲ ਚੱਕਿਆ ਜਾਂਦਾ ਅਤੇ ਜਿੰਨਾ ਕਿ ਗੱਡੀ ਨੂੰ ਬਾਹਰੋਂ ਸਾਫ ਰੱਖਦੇ ਹੁੰਦੇ ਹਾਂ ਨਾ ਉਹਨਾਂ ਉਹ ਇਹਨੂੰ ਵੀ ਥੱਲੇ ਕਰਨਾ ਸੀ ਚਲੋ ਜਿੰਨਾ ਗੱਡੀ ਨੂੰ ਬਾਹਰੋਂ ਸਾਫ ਰੱਖਦੇ ਹੁੰਦੇ ਹਾਂ ਉਹਨਾਂ ਅੰਦਰੋਂ ਸਾਫ ਰੱਖਿਆ ਕਰੋ ਅਰੇ ਜਿੱਦਾਂ ਮੇਰਾ ਇੰਜਨ ਹੈਗਾ ਆਪਾਂ ਐਂ ਕਰੇ ਪਿਛਲੀ ਵਾਰੀ ਜਦੋਂ ਧੋਤੀ ਸੀ ਉਦੋਂ ਇਹਦਾ ਇੰਜਨ ਸਾਫ ਕੀਤਾ ਸੀ ਉਹ ਤੁਸੀਂ ਉਹ ਵੀ ਇੱਦਾਂ ਹੀ ਸਾਫ ਕਰਨਾ ਜਿੱਦਾਂ ਆਪਣੀ ਡੀਜ਼ਲ ਲੈ ਕੇ ਵਿੱਚ ਸ਼ੈਂਪੂ ਪਾ ਲੈਣਾ ਇੱਕ ਪਾਊਚ ਸ਼ੈਂਪੂ ਦਾ ਕੋਈ ਵੀ ਜਿੱਦਾਂ ਪਾ ਲਿਆ ਅਤੇ ਜਿਹੜਾ ਆਪਣਾ ਆਹ ਵਾਲਾ ਬ੍ਰੱਸ਼ ਹੈਗਾ ਆ ਇਹਦੇ ਨਾਲ ਬਸ ਤੁਸੀਂ ਹੌਲੀ ਹੌਲੀ ਕਰਨਾ ਇੱਧਰ ਨਹੀਂ ਪਾਣੀ ਪੈਣ ਦੇਣਾ ਬਸ ਇੱਧਰ ਆਪਣੇ ਜਿਹੜੇ ਫਿਊਜ਼ ਹੁੰਦੇ ਆ ਇੱਧਰ ਫਿਊਜ਼ ਹੁੰਦੇ ਆ ਆਪਣੇ ਸਾਰੇ ਬਸ ਇੰਨੇ ਏਰੀਆ ਦੇ ਵਿੱਚ ਅਤੇ ਰੇਡੀਏਟਰ 'ਤੇ ਜੇ ਤੁਹਾਡਾ ਰੇਡੀਏਟਰ ਗੰਦਾ ਹੈਗਾ ਤਾਂ ਰੇਡੀਏਟਰ ਸਾਫ ਕਰਾ ਲਓ 300-400 ਰੁਪਏ ਲੱਗਦਾ ਉਹਨਾਂ ਖੋਲ੍ਹ ਕੇ ਸਾਫ ਹੋ ਜਾਂਦਾ ਹੁੰਦਾ ਜੇ ਤੁਹਾਡੀ ਗੱਡੀ ਓਵਰ ਹੀਟ ਹੁੰਦੀ ਪਈ ਆ ਤੇ ਬਸ ਹੁਣ ਆਪਾਂ ਕਰਦੇ ਹਾਂ ਮਾਈਕਰੋਫਾਈਬਰ ਕਲੋਥ ਨਾਲ ਸਾਫ ਤੇ ਗਾਈਸ ਆਪਣੀ ਗੱਡੀ ਦਾ ਵਾਈਪਰ ਵੀ ਖਰਾਬ ਹੈਗਾ ਸੀ ਤੇ ਆਪਾਂ ਵਾਈਪਰ ਵੀ ਲੈ ਆਏ ਹਾਂ ਨਵਾਂ ਪੈਸੇਂਜਰ ਸਾਈਡ ਦਾ ਉਹ ਵਾਲਾ ਬਿਲਕੁਲ ਠੀਕ ਚੱਲਦਾ ਜੀ ਇੱਧਰ ਵਿੱਚ ਲਾਈਨਾਂ ਪੈਣ ਲੱਗ ਪੈਂਦੀਆਂ ਜੀ ਤੇ ਆਇਓ ਕਰਦੇ ਆਪਾਂ ਵੀ ਚੇਂਜ ਕਰਨਾ ਦਬਾਅ ਵੀ ਸਿੰਪਲ ਹੁੰਦਾ ਆ ਇੱਥੋਂ ਚੱਕੋ ਆ ਇੱਥੇ ਪਿੱਛੇ ਆ ਜਿਹੜਾ ਕਲਿੱਪ ਜਿਹਾ ਹੈਗਾ ਫੋਕਸ ਕਰ ਲੈ ਬਸ ਇਹਨੂੰ ਅੰਦਰ ਨੂੰ ਕਰਨਾ ਅਤੇ ਨਿਕਲਦਾ ਨਹੀਂ ਪਿਆ ਰੁਕੋ ਮੈਂ ਪਹਿਲੇ ਮੋਬਾਈਲ ਟਕਾਉਣਾ ਫਿਰ ਉਸ ਤੋਂ ਬਾਅਦ ਅਤੇ ਲੋ ਗਾਈਸ ਬੜੀ ਮੁਸ਼ਕਲ ਨਾਲ ਨਿਕਲਿਆ ਆ ਆ ਹੋਰ ਅਤੇ ਪਹਿਲੇ ਮੈਨੂੰ ਉੱਧਰਲਾ ਖੋਲ੍ਹਣਾ ਪਿਆ ਉੱਧਰਲਾ ਖੋਲ੍ਹ ਕੇ ਦੇਖ ਕੇ ਪਤਾ ਲੱਗਾ ਕਿ ਕਿੱਦਾਂ ਖੋਲ੍ਹਣਾ ਫਿਰ ਜਾ ਕੇ ਖੁੱਲ੍ਹਿਆ ਅਤੇ ਆਪਣਾ ਦੇਖੋ ਤੁਸੀਂ ਚੈੱਕ ਕਰੋ ਹਿਲਾ ਤਾਂ ਹੈਗਾ ਆ ਓਰੀਜਨਲ ਆ ਨਾਲੇ ਆ ਇਹਦਾ ਤੇਰਾ ਬਲੇਡ ਚੈੱਕ ਕਰੋ ਆ ਇੰਨਾ ਕੁ ਇੰਨਾ ਕੁ ਇੰਨੀ ਇੰਨੀ ਏਰੀਆ ਕਵਰ ਕਰਨਾ ਸਮਝ ਸਕਦੇ ਮੈਂ ਕੀ ਕਹਿਣਾ ਚਾਹੁੰਦਾ ਚਲੋ ਇਹ ਦੁਆਰਾ ਆਪਣੀ ਕੋਸ਼ਿਸ਼ ਬਿਲਕੁਲ ਸਹੀ ਰਹੀ ਆ ਅਤੇ ਆਹ ਚੀਜ਼ ਆ ਦੇਖੋ ਅਤੇ ਹੁਣ ਇਹ ਏਰੀਆ ਵੀ ਜ਼ਿਆਦਾ ਕਵਰ ਕਰੂਗਾ ਅਤੇ ਇੱਦਾਂ ਕਰਦੇ ਆਪਾਂ ਪਹਿਲੇ ਅੰਦਰੋਂ ਚਲਾ ਕੇ ਦੇਖਦੇ ਹਾਂ ਕਿ ਕਿੱਦਾਂ ਦੀ ਪਰਫੋਰਮੈਂਸ ਹੈਗੀ ਹੈ ਇਹਦੀ ਪਹਿਲੇ ਵਾਲਾ ਤਾਂ ਸਾਫ਼ ਹੀ ਨਹੀਂ ਕਰਦਾ ਹੁੰਦਾ ਇਹ ਲੋ ਇੱਧਰੋਂ ਹੋ ਗਿਆ ਹੁਣ ਹਾਂ ਲਓ ਦੇਖੋ ਬਿਲਕੁਲ ਸਹੀ ਆ ਜੇ ਪਾਣੀ ਵੀ ਮਾਰੀਏ ਸਹੀ ਆ ਪਰਫੈਕਟ ਸੋ ਗੁੱਡ ਪਰਚੇਜ਼ ਆ ਆਪਣੀ ਅਤੇ ਹੁਣ ਆਪਣੀ ਗੱਡੀ ਜਿੱਦਾਂ ਹੁਣ ਰੀਪੇਂਟ ਲਈ ਜਾਣੀ ਆ ਦੁਬਾਰਾ ਜਿੱਦਾਂ ਬੰਪਰ ਰਿਪੇਅਰ ਹੋ ਕੇ ਪੇਂਟ ਹੋਣੇ ਆ ਅਤੇ ਗੱਡੀ ਦੇ ਪੋਲਿਸ਼ ਵਗੈਰਾ ਨਾ ਮਾਰੀ ਉਦੋਂ ਉੱਦਾਂ ਤੁਸੀਂ ਮਾਰ ਸਕਦੇ ਹੋ ਮੇਰੀ ਗੱਡੀ ਜਿੱਦਾਂ ਪੇਂਟ ਹੋਣ ਨੂੰ ਜਾਣੀ ਆ ਅਤੇ ਮੈਂ ਨਹੀਂ ਮਾਰਦਾ ਅਤੇ ਬਸ ਆਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਘੈਂਟ ਘੈਂਟ ਮੋਡੀਫਿਕੇਸ਼ਨਸ ਔਨ ਦੀ ਵੇ ਹੈਗੀਆਂ ਆ ਅਤੇ ਹੁਣ ਨੈਕਸਟ ਵੀਡੀਓ ਦਾ ਹਿੰਟ ਮੈਨੂੰ ਲੱਗਦਾ ਤੁਹਾਨੂੰ ਮਿਲ ਹੀ ਗਿਆ ਹੋਊਗਾ ਅਤੇ ਬਸ ਉਹੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਚਲੋ ਓਕੇ PB33 ਵਾਲੇ ਸਾਈਨਿੰਗ ਐਨ ਆਊਟ ਮੈਂ ਕਿਹਾ ਗੱਡੀ ਧੋਤੀ ਧੋਤੀ ਇਸੇ ਬਹਾਨੇ ਸਕੂਟਰੀ ਵੀ ਧੋ ਦਈਏ ਉੱਤੋਂ ਮੌਸਮ ਪਹਿਲੇ ਧੁੱਪ ਨਿਕਲੀ ਹੋਈ ਸੀ ਹੁਣ ਫਿਰ ਮੌਸਮ ਉੱਦਾਂ ਹੋ ਗਿਆ ਜਿੱਦਾਂ ਮੀਂਹ ਪੈਣਾ ਹੁੰਦਾ ਅਤੇ ਦੇਖੋ ਕਿੱਡੀ ਮਿੱਟੀ ਨਿਕਲੀ ਆ ਇੰਨੀ ਦੇਖ ਲਓ ਆਪਣੀ ਗੱਡੀ 'ਚੋਂ ਵੀ ਨਹੀਂ ਨਿਕਲੀ ਜਿੰਨੀ ਸਕੂਟਰੀ 'ਚੋਂ ਨਿਕਲ ਗਈ ਆ ਅਤੇ ਜੇ ਤੁਹਾਨੂੰ ਇਹਦੇ ਉੱਤੇ ਮੋਡੀਫਿਕੇਸ਼ਨ ਸੀਰੀਜ਼ ਚਾਹੀਦੀ ਆ ਅਤੇ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ ਅਤੇ ਮੈਨੂੰ ਕਮੈਂਟ ਕਰ ਦਿਉ ਨੀਚੇ ਕਿ ਤੁਹਾਨੂੰ ਐਕਟੀਵਾ 'ਤੇ ਵੀ ਚਾਹੀਦੀ ਹੈ ਵੀਡੀਓ ਅਤੇ ਆਪਾਂ ਫਿਰ ਐਕਟੀਵਾ 'ਤੇ ਵੀ ਬਣਾਵਾਂਗੇ ਵੀਡੀਓ